ਪਾ ਮੜਿਆ ਭਾਈ ਹੱਥ ਪਾ ਮੜਿਆ ਪਾ ਪਾ ਉਹ ਗੱਦੀ ਇਹ ਦਰਜਾ ਗਲੀ ਚ ਭਾਂਡੇ ਮਾਂਜ ਰਹੇ ਸੀ ਲੋਕ ਕੁਚਲ ਗਈ ਤੇਜ਼ ਰਫਤਾਰ ਪਿਕਅਪ ਹੁਣ ਇੱਕ ਮਹਿਲਾ ਦੀ ਹੋਈ ਮੌਤ ਦੱਸਦੇ ਕਿ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਭਾਂਡੇ ਮਾਂਜ ਰਹੇ ਚਾਰ ਲੋਕਾਂ ਦੇ ਉੱਪਰ ਇੱਕ ਪਿਕਅਪ ਗੱਡੀ ਚੜ ਜਾਂਦੀ ਹੈ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋ ਜਾਂਦੇ ਆ ਤੇ ਇਲਾਜ ਦੇ ਦੌਰਾਨ ਇੱਕ ਮਹਿਲਾ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਇਹ ਦੇਰ ਰਾਤ ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਵਿੱਚ ਪਿਕਅਪ ਰਾਹੀਂ ਸਮਾਨ ਢੋ ਰਿਹਾ ਸ਼ਖਸ ਗਲੀ ਦੇ ਵਿੱਚ ਭਾਂਡੇ ਮਾਂਜ ਰਹੇ ਚਾਰ ਲੋਕਾਂ ਦੇ ਉੱਤੇ ਇਹ ਪਿਕਅਪ ਚੜਾ ਦਿੰਦਾ ਹੈ ਜਿਸ ਦੇ ਵਿੱਚ ਹੁਣ ਇੱਕ ਮਹਿਲਾ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸ ਦਈਏ ਕਿ ਮਾਮਲਾ ਕਪੂਰਥਲਾ ਦਾ ਜਿੱਥੇ ਭਿਆਨਕ ਹਾਦਸਾ ਵਾਪਰਿਆ ਤੇ ਇਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਮੇਰੀ ਜਾਣਕਾਰੀ ਅਨੁਸਾਰ ਪਰਿਵਾਰ ਦੇ ਵਿੱਚ ਰਿਸ਼ਤੇਦਾਰ ਆਏ ਹੋਏ ਸੀ ਤੇ ਉਹਨਾਂ ਨੂੰ ਰੋਟੀ ਖਵਾਉਣ ਤੋਂ ਬਾਅਦ ਇਹ ਬਰਤਨ ਮਾਂਜਣ ਲਈ ਗਲੀ ਦੇ ਵਿੱਚ ਜਾਂਦੇ ਨੇ ਫਿਰ ਸਾਹਮਣੇ ਤੋਂ ਤੇਜ਼ ਰਫ਼ਤਾਰ ਦੇ ਵਿੱਚ ਇੱਕ ਪਿਕਅਪ ਇਹਨਾਂ ਨੂੰ ਕੁਚਲ ਦਿੰਦੀ ਹੈ ਜਿਸ ਦੇ ਵਿੱਚ ਸਵਾਰ ਸ਼ਖਸ ਵੀ ਇਸੇ ਪਿੰਡ ਦਾ ਹੀ ਦੱਸਿਆ ਜਾ ਰਿਹਾ ਤੇ ਲੋਕਾਂ ਵੱਲੋਂ ਉਸਦੇ ਘਰ ਦੇ ਬਾਹਰ ਵੀ ਇਕੱਠ ਕਰ ਲਿਆ ਜਾਂਦਾ ਹੈ ਤੇ ਹੁਣ ਪਰਿਵਾਰ ਪਿਕਅਪ ਸਵਾਰ ਸ਼ਖਸ ਦੇ ਉੱਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ ਤੇ ਇਸ ਸੰਬੰਧੀ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਦੱਸ ਦਈਏ ਕਿ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਗਲੀ ਦੇ ਵਿੱਚ ਚਾਰ ਲੋਕ ਭਾਂਡੇ ਮਾਂਜ ਰਹੇ ਸੀ ਤਾਂ ਪਿੱਛੋਂ ਆ ਰਿਹਾ ਇੱਕ ਪਿਕਅਪ ਤੇਜ਼ ਰਫ਼ਤਾਰ ਇਹਨਾਂ ਨੂੰ ਕੁਚਲ ਦਿੰਦਾ ਜਿਸ ਦੇ ਵਿੱਚ ਚਾਰ ਲੋਕ ਜ਼ਖਮੀ ਹੋ ਜਾਂਦੇ ਆ ਹਸਪਤਾਲ ਇਹਨਾਂ ਨੂੰ ਭਰਤੀ ਕਰਵਾਇਆ ਜਾਂਦਾ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਬਾਪਰੀ ਜੀ ਅਸੀਂ ਮੈਂ ਜਦੋਂ ਪਹਿਲਾ ਗੇੜਾ ਵਜਨ ਮਾਰਿਆ ਤੇ ਉਸ ਟਾਈਮ ਮੈਂ ਨਹੀਂ ਸੀ ਇੱਥੇ ਮੈਂ ਅੰਦਰ ਸੀਗਾ ਮੈਂ ਜਦੋਂ ਰੌਲਾ ਪੈਂਦਾ ਸੀ ਮੈਂ ਬਾਹਰ ਆਇਆ ਮੈਂ ਕਿਹਾ ਬੰਦੇ ਕਿਹਾ ਤਾਂ ਆਪਸ ਵਿੱਚ ਕਿਵੇਂ ਬੋਲਣਾ ਪਏ ਹੁਣ ਮੈਂ ਛਡਾਉਣ ਦਾ ਕਰਕੇ ਮੈਂ ਬਾਹਰ ਆ ਗਿਆ ਉਹਦਾ ਚਾਚਾ ਜੀ ਇੱਥੇ ਖੜਾ ਸੀਗਾ ਸਕੂਟਰੀ 'ਤੇ ਮੈਂ ਉਹਦੇ ਨਾਲ ਗੱਲਾਂ ਕਰਨਾ ਪਿਆ ਮੈਂ ਕਿਹਾ ਚਲੋ ਕੋਈ ਨਹੀਂ ਭਾਅ ਜੀ ਜੇ ਕਰ ਗਿਆ ਕੰਮ ਤਾਂ ਕੋਈ ਗੱਲ ਨਹੀਂ ਸਵੇਰ ਨੂੰ ਚਾਰ ਬੰਦੇ ਇਕੱਠੇ ਕਰਕੇ ਤਾਂ ਆਪਾਂ ਗੱਲ ਕਰ ਲਾਂਗੇ ਹਾਂਜੀ ਅਜੇ ਇੰਨੀ ਗੱਲ ਕੀਤੀ ਤਾਂ ਇੱਧਰੋਂ ਗੱਡੀ ਪੂਰੀ ਰਫ਼ਤਾਰ ਦੇ ਨਾਲ ਗੱਡੀ ਆਈ ਉਹਨੇ ਨਹੀਂ ਦੇਖਿਆ ਕੁਛ ਵੀ ਪ੍ਰਾਹੁਣੇ ਸਾਡੇ ਸਾਰੇ ਚਲੇ ਗਏ ਇੱਥੇ ਜਿੱਦਾਂ ਮੋਟਰਸਾਈਕਲ ਸਕੂਟਰੀਆਂ ਇੱਦਾਂ ਬਹੁਤ ਖੜੀਆਂ ਸੀਗੀਆਂ ਜੇ ਉਹ ਪ੍ਰਾਹੁਣੇ ਨਾ ਗਏ ਹੁੰਦੇ ਤਾਂ ਸਾਰਾ ਕੁਛ ਉਹਨੇ ਨੁਕਸਾਨ ਕਰਕੇ ਜਾਣਾ ਤੇ ਬੰਦਾ ਬੱਚਾ ਵੀ ਨਹੀਂ ਸੀ ਕੋਈ ਬੱਚਾ ਗੱਡੀ ਕਿਹੜਾ ਸੀ ਗੱਡੀ ਚੜਾਤੀ ਜੀ ਉਹਨੇ ਕਿਹੜੀ ਗੱਡੀ ਸੀ ਗੱਡੀ ਦਾ ਨਾਂ ਦਾ ਮੈਨੂੰ ਪਤਾ ਨਹੀਂ ਯੂਪੀ ਵਾਲੇ ਟਿਕ ਪਾਸ ਯੂਪੀ ਵਾਲੇ ਨੇ ਹੋਰ ਬਾਈ ਮੈਂ ਮੰਗ ਕਰਨੀ ਚਾਹਦੇ ਪੁਲਿਸ ਹਾਂਜੀ ਹਾਂਜੀ ਕੀ ਮੰਗ ਕਰਨੀ ਚਾਹਦੇ ਮੰਗ ਕਰਨੀ ਚਾਹਦੇ ਉਹ ਬੰਦੇ ਚੱਕਣੇ ਚਾਹੀਦੇ ਅਰੈਸਟ ਕਰੋ ਉਹਨਾਂ ਨੂੰ ਸਜ਼ਾ ਦਿਓ ਪੂਰੀ ਕਿਸੇ ਡੈਥ ਵੀ ਹੋ ਗਈ ਹੈ ਹਾਂਜੀ ਇੱਕ ਦੀ ਲੇਡੀਜ਼ ਦੀ ਦਰਸ਼ਨ ਕੌਰ ਮੇਰਾ ਨਾਮ ਭਾਜੀ ਹਰਮਨ ਸਿੰਘ ਆ ਸਾਡਾ ਪਿੰਡ ਹੈਗਾ ਗੋਪੀਪੁਰ ਸਾਡੇ ਭਾਜੀ ਮੇਰੀ ਭਤੀਜੀ ਦਾ ਜਿੱਦਾਂ ਜਨਮ ਦਿਨ ਸੀ ਤੇ ਅਸੀਂ ਉਹਨਾਂ ਜਨਮ ਦਿਨ ਕੋਲ ਸਾਰਾ ਨਿਬੜ ਗਿਆ ਸੀ ਕੰਮ ਤੇ ਭਾਂਡੇ ਧੋਣ ਵਾਲੇ ਰਹਿ ਗਏ ਸੀ ਤੇ ਬੁੜੀਆਂ ਬਾਹਰ ਭਾਂਡੇ ਧੋਂਦੀਆਂ ਗਲੀ ਚ ਹਾਂਜੀ ਉਧਰੋਂ ਗੱਡੀ ਆਈ ਭਾਜੀ ਬੜੀ ਤੇਜ਼ ਬੁੜੀਆਂ ਵੀ ਭੱਜ ਕੇ ਬਚੀਆਂ ਇਹਨੇ ਸਾਡੇ ਸਾਰੇ ਭਾਂਡੇ ਤੋੜਤੇ ਜੀ ਅਸੀਂ ਚਲੋ ਅਸੀਂ ਕਿਹਾ ਚਲੋ ਭਾਂਡੇ ਟੁੱਟ ਗਏ ਬੰਦਾ ਪਿੰਡ ਦਾ ਵਾ ਅਸੀਂ ਕਿਹਾ ਸਵੇਰੇ ਗੱਲ ਹੋ ਜੂਗੀ ਇਹ ਉਧਰੋਂ ਫੇਰ ਆਇਆ ਪੰਜਾਂ ਸੱਤਾਂ ਮਿੰਟਾਂ ਬਾਅਦ ਪੂਰੀ ਐਨ ਗੱਡੀ ਤੇਜ਼ ਲੈ ਆਇਆ ਭਾਜੀ ਇਹਨੇ ਨਹੀਂ ਦੇਖਿਆ ਥੱਲੇ ਕੌਣ ਆਇਆ ਕੌਣ ਨਹੀਂ ਤੇ ਸਾਡੇ ਉੱਤੇ ਇਹਨੇ ਗੱਡੀ ਚੜਾਤੀ ਮੇਰੀਆਂ ਲੱਤਾਂ ਤੇ ਚੜੀ ਗੱਡੀ ਜੀ ਨਾਲ ਉਹਦੇ ਦੋ ਜਣੇ ਸੀ ਇੱਕ ਉਹਦਾ ਮੁੰਡਾ ਸੀ ਜੀ ਤੇ ਇੱਕ ਰੱਤੇ ਦਾ ਸੀ ਬੰਦਾ ਜੀ ਸਾਬੀ ਤੇ ਇੱਕ ਮੇਰੀ ਭਾਬੀ ਸੀ ਉਹਨਾਂ ਦੇ ਵੀ ਗੱਡੀ ਚੜੀ ਜੀ ਉਹਨਾਂ ਦੀਆਂ ਤਾਂ ਪਸਲੀਆਂ ਪੁਸਲੀਆਂ ਟੁੱਟ ਗਈਆਂ ਤੇ ਹੁਣ ਉਹਨਾਂ ਦੀ ਡੈਥ ਹੋ ਗਈ ਜੀ ਆਹ ਮੇਰੇ ਫੁੱਫੜ ਜੀ ਹੈ ਜੀ ਨਾ ਹੀ ਦਰਸ਼ਨ ਕੌਰ ਜੀ ਕੁੱਲ ਕਿੰਨੇ ਜਣੇ ਜ਼ਖਮੀ ਹੋਏ ਆ ਚਾਰ ਜਣੇ ਜੀ ਆਹ ਮੇਰੇ ਫੁੱਫੜ ਜੀ ਇਹਨਾਂ ਦੇ ਵੀ ਉੱਧਰ ਗਿੱਟੇ ਦੇ ਸੱਟ ਲੱਗੇ ਆ ਬਾਂਹ ਦੇ ਟਾਂਕੇ ਲੱਗੇ ਹੋਏ ਜੀ ਇੱਧਰੋਂ ਵੀ ਆਹ ਸਾਰੀ ਬਾਂਹ ਹਾਂਜੀ ਮੇਰੇ ਫਾਦਰ ਦੋ ਜਣੇ ਸੀ ਇੱਕ ਉੱਥੇ ਜਲੰਧਰ ਸੀ ਤੇ ਇੱਕ ਹੁਣ ਮੇਰਾ ਤਾਇਆ ਵਾ ਉਹਨੂੰ ਵੀ ਹੁਣ ਜਲੰਧਰ ਐਡਮਿਟ ਕੀਤਾ ਜੀ ਉਹਨਾਂ ਦੀ ਲੱਤ ਟੁੱਟ ਗਈ ਆ ਇੱਥੋਂ ਕਹਿੰਦੇ ਉਹਨਾਂ ਦੇ ਬਾਂਹ ਚੂਲਾ ਟੁੱਟ ਗਿਆ ਚੂਲਾ ਬਦਲਣਾ ਪੈਣਾ ਕਹਿੰਦੇ ਸਾਡੀ ਨੌਂ ਸੀਗੀ ਦਰਸ਼ਨ ਕੌਰ ਉਹਨਾਂ ਨੂੰ ਇਹ ਗੱਡੀ ਧੂ ਕੇ ਲੈ ਗਈ ਕੋਈ ਕੰਮ ਕਰ ਰਹੀ ਅਸੀਂ ਪਹਿਲੋਂ ਕੰਮ ਕਰ ਰਹੀਆਂ ਸੀ ਦੋ ਜਣੀਆਂ ਮੈਂ ਤੇ ਮੇਰੀ ਬੇਟੀ ਸਾਡੇ ਕੋਈ ਬਾਹਰ ਹੈ ਨਹੀਂ ਸੀਗਾ ਵਿਹੜੇ 'ਚ ਜਿੱਥੇ ਭਾਂਡੇ ਧੋਂਦੇ ਸੀਗੇ ਅਸੀਂ ਤੇ ਗੁੜੀਆਂ ਨੂੰ ਮੈਂ ਕਿਹਾ ਆਪਾਂ ਮੰਜਾ ਚੁੱਕ ਕੇ ਮੈਂ ਕਿਹਾ ਲੈ ਜਾਈਏ ਭਾਂਡਿਆਂ ਵਾਲਾ ਆਉਂਦਾ ਤਾਂ ਮੇਰੇ ਹੱਥ 'ਚ ਇੱਦਾਂ ਮੰਜਾ ਫੜਿਆ ਹੈ ਉਹਨੇ 'ਚ ਇਹਨੂੰ ਗੱਡੀ ਇੱਦਾਂ ਸਪੀਡ 'ਚ ਆਵੇ ਉਹਨਾਂ ਇਹ ਨਹੀਂ ਦੇਖਿਆ ਵੀ ਮੰਜਾ ਚੁੱਕ ਲਓ ਜਾਂ ਇਹ ਆ ਸਾਨੂੰ ਵੀ ਥੱਲੇ ਦੇ ਦੇਣ ਲੱਗੇ ਸੀ ਮੇਰੇ ਆਹ ਗੋਡੇ 'ਤੇ ਮੰਜਾ ਇੱਥੇ ਵੱਜਾ ਤੇ ਮੰਜਾ ਗੱਡੀ ਦੇ ਨਾਲ ਟੰਗਿਆ ਗਿਆ ਜਦੋਂ ਅਸੀਂ ਚੀਕਾਂ ਮਾਰੀਆਂ ਸਾਡੇ ਘਰ ਦੇ ਬਾਹਰ ਨਿਕਲ ਕੇ ਆ ਕੇ ਬੋਲਣ ਲੱਗ ਪਿਆ ਉਹਨੇ 'ਚ ਇਹਨੂੰ ਮੇਰਾ ਮੁੰਡਾ ਕਹਿੰਦਾ ਚੱਲ ਪਿੰਡ ਦਾ ਹੀ ਬੰਦਾ ਵਾ ਤੇ ਇਹਨੂੰ ਆਪਾਂ ਜਾਣ ਦਿੰਦੇ ਹਾਂ ਵੀ ਇਹਨਾਂ ਫਿਰ ਗੱਲ ਕਰ ਲੈਂਦੇ ਕੋਈ ਨਹੀਂ ਤੇ ਉਹ ਫਿਰ ਬੰਦੇ ਚੁੱਪ ਕਰ ਗਏ ਤੇ ਬਾਅਦ 'ਚ ਦੁਬਾਰਾ ਚੱਲ ਗਏ ਜਦੋਂ ਇੱਥੇ ਆਏ ਸਾਰੇ ਨਿਕਲ ਕੇ ਵਿਹੜੇ 'ਚ ਦੇਵੀ ਦੇਖਣ ਲੱਗ ਪਿਆ ਵੀ ਰੌਲਾ ਕਾਹਤੋਂ ਪਿਆ ਵਾ ਹਜੇ ਦੇਖਦੇ ਹੀ ਸੀ ਦੇਖਦੇ ਹੀ ਉਹਨੇ 'ਚ ਇਹਨੂੰ ਫਿਰ ਗੱਡੀ ਆ ਗਈ ਉਹਨੇ ਨਹੀਂ ਦੇਖਿਆ ਵੀ ਆਹ ਜਿੱਦਾਂ ਹੁਣ ਆਪਾਂ ਇੱਥੇ ਖੜ੍ਹੇ ਹਾਂ
ਵੀ ਖੜੇ ਆ ਉਹਨੇ ਉੱਤੋਂ ਦੀ ਗੱਡੀ ਏਦਾਂ ਲੰਘਾਤੀ ਮੁੰਡਿਆਂ ਨੇ ਖੱਤਿਆਂ ਚ ਸਾਲਾ ਮਾਰ ਕੇ ਤੇ ਕਿਸੇ ਦੇ ਲੱਤ ਤੇ ਟਾਇਰ ਚੜ ਗਿਆ ਕਿਸੇ ਦੇ ਕੋਲ। ਕਿੰਨੇ ਜਣੇ ਜ਼ਖਮੀ ਹੋਏ ਤੇ ਕਿੰਦੀ ਡੈਥ ਹੋਈ ਹੈ? ਚਾਰ ਜਣੇ ਜ਼ਖਮੀ ਹੋਏ ਜਾਦੇ। ਗੱਲਬਾਤ ਇਹ ਹੋ ਮੈਂ ਲੜਕੀ ਦੇ ਉੱਤੇ ਗੱਡੀ ਖੜੀ ਆ ਇਧਰੋਂ ਗਈ ਆ ਭਾਂਡੇ ਮਾਂਜਦੀ ਉੱਤੇ ਗੱਡੀ ਨੇ ਚੜਾ ਦਿੱਤੀ ਆ ਕੋਈ ਦੋ ਤਿੰਨ ਬੰਦੇ ਉੱਦਾਂ ਪੱਟਰ ਵਗਾਇਆ ਇਹਨਾਂ ਪੁਲਿਸ ਨੇ ਪੈਸੇ ਖਾਧੇ ਆ ਉਹ ਕਦੀ ਗੱਲ ਹੀ ਨਹੀਂ ਕਰਦੇ। ਹਾਂ ਮੇਰੇ ਨੂੰਹ ਦੀ ਮੌਤ ਹੋ ਗਈ ਜਲੰਧਰ ਉਹ ਸ਼ਹਿਰ ਸੀ ਗੁਰਪੁਰ।